ਮੈਨੂੰ ਕਹਾਣੀਆਂ ਜ਼ਿੰਦਗੀ 'ਚ ਰੀਅਲ ਲਾਈਫ 'ਚ ਵੀ ਚੰਗੀਆਂ ਲੱਗਦੀਆਂ। ਊਂ ਵੀ ਕਹਾਣੀਆਂ ਜੇ ਸਿਨੇਮਾ ਬਣਾਈਏ ਤਾਂ ਉਹਦਾ ਤਾਂ ਸਾਡਾ ਫਾਊਂਡੇਸ਼ਨ ਹੀ ਕਹਾਣੀ ਹੁੰਦੀ ਆ। ਜਦੋਂ ਉਹ ਕੌਨਫਲਿਕਟ ਰੀਅਲ ਲਾਈਫ 'ਚ ਵੀ ਆ ਜਾਂਦਾ ਤੁਹਾਡੇ, ਉਸ ਕੌਨਫਲਿਕਟ ਨੂੰ ਹੈਂਡਲ ਕਰਨਾ ਅਤੇ ਫਿਰ ਵੀ ਟੀਮ ਵਰਕ ਬਣਾ ਕੇ ਰੱਖਣਾ ਅਤੇ ਕੰਮ ਕਰਨਾ ਬਹੁਤ ਵੱਡੀ ਗੱਲ ਆ। ਇਹ ਗੱਲ ਸਮਝਣ ਵਾਲਾ ਹੀ ਸਮਝ ਸਕਦਾ ਜਿਹੜੀ ਮੈਂ ਕਹਿ ਰਿਹਾ। ਸਤਿ ਸ਼੍ਰੀ ਅਕਾਲ ਜੀ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬੀ ਇੰਡਸਟਰੀ ਦਿਨੋਂ ਦਿਨ ਕਾਫੀ ਗਰੋ ਕਰ ਰਹੀ ਹੈ ਅਤੇ ਵੱਖ ਵੱਖ ਜੋਨਰ ਦੀ ਫਿਲਮਾਂ ਲੈ ਕੇ ਆ ਰਹੀ ਹੈ ਅਤੇ ਇੱਕ ਐਸੀ ਹੀ ਫਿਲਮ ਆ ਰਹੀ ਹੈ ਜ਼ੋਰਾ 10 ਨੰਬਰੀ ਤੋਂ ਬਾਅਦ ਇਸ ਦਾ ਸੀਕੁਅਲ ਆ ਰਿਹਾ, ਜ਼ੋਰਾ ਦਾ ਸੈਕਿੰਡ ਚੈਪਟਰ। ਵੈਸੇ ਤਾਂ ਜ਼ੋਰਾ 10 ਨੰਬਰੀ ਰਿਲੀਜ਼ ਹੋਈ ਸੀ, ਉਸ ਤੋਂ ਬਾਅਦ ਹੀ ਇਸ ਦੇ ਸੈਕਿੰਡ ਚੈਪਟਰ ਦਾ ਇੰਤਜ਼ਾਰ ਸ਼ੁਰੂ ਹੋ ਗਿਆ ਸੀ ਅਤੇ ਹੁਣ ਫਾਈਨਲੀ ਇਸ ਫਿਲਮ ਦੇ ਜਿਹੜੇ ਲੀਡ ਹੀਰੋ ਨੇ ਦੀਪ ਸਿੱਧੂ ਜੀ, ਉਹ ਸਾਡੇ ਨਾਲ ਜੁੜ ਚੁੱਕੇ ਨੇ। ਸਭ ਤੋਂ ਪਹਿਲਾਂ ਤੁਹਾਡੀ ਮੁਲਾਕਾਤ ਕਰ ਰਹੇ ਹਾਂ, ਸਤਿ ਸ਼੍ਰੀ ਅਕਾਲ ਸਰ, ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ। ਤੁਸੀਂ ਵੈਸੇ ਰੀਅਲ ਲਾਈਫ 'ਚ ਇੰਨੇ ਮਤਲਬ ਡੀਸੈਂਟ, ਇੰਨੀ ਕਿਊਟ ਜਿਹੇ ਹੋ, ਫਿਰ ਕਿਉਂ ਸਕਰੀਨ 'ਤੇ ਇੰਨਾ ਮਾੜ ਤਾੜ ਐਂਡ ਆਲ, ਇੱਦਾਂ ਦਾ ਕੈਰੇਕਟਰ? ਮਤਲਬ ਸਕਰੀਨ 'ਤੇ ਤੁਹਾਨੂੰ ਆਪਣੇ ਆਪ ਨੂੰ ਕਿਸ ਤਰ੍ਹਾਂ ਦੇਖਣਾ ਜ਼ਿਆਦਾ ਪਸੰਦ? ਨਹੀਂ ਜੀ, ਮੈਂ ਕਹਾਣੀਆਂ 'ਚ ਬੜਾ ਵਿਸ਼ਵਾਸ ਰੱਖਦਾ। ਮੈਨੂੰ ਕਹਾਣੀਆਂ ਜ਼ਿੰਦਗੀ 'ਚ ਰੀਅਲ ਲਾਈਫ 'ਚ ਵੀ ਚੰਗੀਆਂ ਲੱਗਦੀਆਂ, ਅਤੇ ਊਂ ਵੀ ਕਹਾਣੀਆਂ ਜੇ ਸਿਨੇਮਾ ਬਣਾਈਏ ਤਾਂ ਉਹਦਾ ਤਾਂ ਸਾਡਾ ਫਾਊਂਡੇਸ਼ਨ ਹੀ ਕਹਾਣੀ ਹੁੰਦੀ ਆ। ਸੋ ਜਿਹੜੀ ਕਹਾਣੀ ਮੈਨੂੰ ਪਸੰਦ ਆ ਜਾਂਦੀ ਆ, ਉਹੋ ਜਿਹੇ ਕਿਰਦਾਰ ਹੀ ਮੈਂ ਨਿਭਾਉਣਾ ਪਸੰਦ ਕਰਦਾ ਫਿਰ ਜੀ। ਕਹਾਣੀਆਂ ਉਸ ਇਨਸਾਨ ਨੂੰ ਜ਼ਿਆਦਾ ਪਸੰਦ ਹੁੰਦੀਆਂ ਜਿਹੜੀ ਕਹਾਣੀਆਂ ਤੋਂ ਬੰਦਾ ਸਿੱਖ ਸਕੇ, ਜਿਹੜੀ ਕਹਾਣੀਆਂ ਸਿਰਫ ਐਜ਼ ਅ ਐਂਟਰਟੇਨਮੈਂਟ ਆਪਾਂ ਪੜ੍ਹੀਏ ਜਾਂ ਦੇਖੀਏ, ਜਿਹੜੀ ਕਹਾਣੀਆਂ ਆਪਾਂ ਨੂੰ ਇੱਕ ਸਿੱਖ ਦੇਣ। ਜ਼ੋਰਾ 10 ਨੰਬਰੀ ਤੋਂ ਬਾਅਦ ਅਤੇ ਹੁਣ ਜ਼ੋਰਾ ਦਾ ਸੈਕਿੰਡ ਚੈਪਟਰ, ਇਹਨਾਂ ਦੋਨਾਂ ਨੇ ਤੁਹਾਡੀ ਲਾਈਫ ਦੇ ਵਿੱਚ ਕੀ ਇੱਕ ਵੱਡੀ ਸਿੱਖ ਦਿੱਤੀ ਹੈ ਤੁਹਾਨੂੰ? ਦੇਖੋ, ਜ਼ੋਰਾ 10 ਨੰਬਰੀ ਆ, ਹੁਣ ਜ਼ੋਰਾ ਦਾ ਸੈਕਿੰਡ ਚੈਪਟਰ। ਸਿੱਖ ਇੱਕ ਨਹੀਂ, ਕਈ ਚੀਜ਼ਾਂ ਸਿਖਾਈਆਂ। ਚੀਜ਼ਾਂ ਸਿਖਾਈਆਂ ਤੁਹਾਡੇ 'ਚ ਇੱਕ ਮੈਚਿਓਰਿਟੀ ਲੈਵਲ, ਪੇਸ਼ੈਂਸ ਲੈਵਲ, ਤੁਹਾਡੇ 'ਚ ਟੀਮ ਵਰਕ ਇਹ ਬਹੁਤ ਜ਼ਿਆਦਾ ਵੱਧ ਜਾਂਦਾ ਜਦੋਂ ਤੁਸੀਂ ਸਪੈਸ਼ਲੀ ਇਹੋ ਜਿਹਾ ਕੰਮ ਕਰਦੇ ਹੋ, ਕਿਉਂਕਿ ਕੌਨਫਲਿਕਟ ਇੰਨੇ ਹੁੰਦੇ ਆ, ਕਿਰਦਾਰਾਂ ਦਾ ਹੀ ਕੌਨਫਲਿਕਟ ਹੁੰਦੇ ਆ। ਤੁਸੀਂ ਉਹ ਕਿਰਦਾਰਾਂ ਦੇ ਕੌਨਫਲਿਕਟ ਨਿਭਾਉਂਦੇ ਰੀਅਲ ਲਾਈਫ 'ਚ ਵੀ ਕੌਨਫਲਿਕਟ 'ਚ ਆ ਜਾਂਦੇ ਹੋ। ਇਹ ਗੱਲ ਸਮਝਣ ਵਾਲਾ ਹੀ ਸਮਝ ਸਕਦਾ ਜਿਹੜੀ ਮੈਂ ਕਹਿ ਰਿਹਾ। ਜਦੋਂ ਉਹ ਕੌਨਫਲਿਕਟ ਰੀਅਲ ਲਾਈਫ 'ਚ ਵੀ ਆ ਜਾਂਦਾ ਤੁਹਾਡੇ, ਉਸ ਕੌਨਫਲਿਕਟ ਨੂੰ ਹੈਂਡਲ ਕਰਨਾ ਅਤੇ ਫਿਰ ਵੀ ਟੀਮ ਵਰਕ ਬਣਾ ਕੇ ਰੱਖਣਾ ਅਤੇ ਕੰਮ ਕਰਨਾ ਬਹੁਤ ਵੱਡੀ ਗੱਲ ਆ। ਸੋ ਕੌਨਫਲਿਕਟ ਨੂੰ ਕਿਵੇਂ ਹੈਂਡਲ ਕਰਨਾ, ਉਹਨੂੰ ਯੂਨੋ ਆਪਦੀ ਈਗੋ 'ਤੇ ਨਾ ਆਵੇ, ਤੁਸੀਂ ਕਿਸੇ ਦਾ ਨੁਕਸਾਨ ਨਾ ਕਰੋ, ਸਟਿਲ ਦੇਰ ਇਜ਼ ਸਮ ਕੌਨਫਲਿਕਟ ਗੋਇੰਗ ਔਨ ਇਨਸਾਈਡ ਯੂ, ਹੈ ਨਾ, ਵਿਚਾਰਧਾਰਾ ਨੂੰ ਲੈ ਕੇ ਹੋਵੇ, ਤੁਹਾਡੇ ਬਿਲੀਫਸ ਨੂੰ ਲੈ ਕੇ ਹੋਵੇ, ਤਾਂ ਇਹ ਬਹੁਤ ਵੱਡੀ ਸਿੱਖ ਹੈ ਇਹ ਫਿਲਮ ਕਰਦੇ ਕਰਦੇ, ਕਿਉਂਕਿ ਇਹਦੇ 'ਤੇ ਰਿਸਰਚ ਬਹੁਤ ਹੋਈ ਆ। ਕਿਸੇ ਇੱਕ ਦੀ ਗੱਲ ਠੀਕ ਹੁੰਦੀ ਸੀ ਤੁਹਾਨੂੰ ਗਲਤ ਲੱਗਦੀ ਸੀ, ਤੁਹਾਡੀ ਗੱਲ ਠੀਕ ਹੁੰਦੀ ਸੀ ਉਹਨਾਂ ਨੂੰ ਗਲਤ ਲੱਗਦੀ ਸੀ। ਸੋ ਉਹ ਕੌਨਫਲਿਕਟ ਵੀ ਬਹੁਤ ਜ਼ਿਆਦਾ ਅਸੀਂ ਹੈਂਡਲ ਕੀਤੇ ਆ। ਸੋ ਆਈ ਥਿੰਕ ਆਈ ਬਿਕੇਮ ਅ ਬੈਟਰ ਹਿਊਮਨ ਬੀਇੰਗ ਵਾਈਲ ਡੂਇੰਗ ਦੀਸ ਟੂ ਫਿਲਮਸ। ਜਦੋਂ ਐਕਸ਼ਨ ਫਿਲਮਾਂ ਕਰਦੇ ਹਾਂ ਨਾ, ਤਾਂ ਐਕਸ਼ਨ ਫਿਲਮਾਂ 'ਤੇ ਇੱਕ ਡਿਫਰੈਂਟ ਜਾਂ ਥ੍ਰਿਲਿੰਗ ਵੀ ਹੁੰਦੀ ਹੈ ਇਮੋਸ਼ਨਸ ਦੀ, ਲੇਕਿਨ ਇੱਕ ਥੋੜ੍ਹਾ ਜਿਹਾ ਡਰ ਵੀ ਹੁੰਦਾ, ਕਿਉਂਕਿ ਐਕਸ਼ਨ ਫਿਲਮਾਂ ਐਕਸ਼ਨ ਜਿਹੜੇ ਨੇ ਡਾਇਰੈਕਟ ਕਰਨੇ, ਸ਼ੂਟ ਕਰਨੇ ਇੰਨੇ ਸੌਖੇ ਨਹੀਂ ਹੁੰਦੇ, ਕਾਫੀ ਜ਼ੋਰ ਲੱਗਦਾ ਵੈ। ਅਤੇ ਇਸ ਫਿਲਮ ਦਾ ਕਿਹੜਾ ਐਸਾ ਮੂਮੈਂਟ ਸੀ ਜੋ ਬਹੁਤ ਡਿਫੀਕਲਟ ਸੀ ਤੁਹਾਡੇ ਲਈ, ਅਤੇ ਤੁਸੀਂ ਉਹਦੇ 'ਚ ਜਾਂ ਤਾਂ ਜ਼ਿਆਦਾ ਰੀਟੇਕ ਲਿੱਤੀ ਜਾਂ ਫਿਰ ਉਸ ਸੀਨ ਨੂੰ ਕਰਦੇ ਹੋਏ ਤੁਸੀਂ ਨਰਵਸ ਸੀ ਤੁਹਾਨੂੰ? ਨਹੀਂ ਜੀ, ਮੈਂ ਐਕਸ਼ਨ ਬੜਾ ਆਸਾਨੀ ਜੀ ਨਾਲ ਕਰ ਲੈਂਦਾ, ਬਿਕੋਜ਼ ਐਕਸ਼ਨ ਇਜ਼ ਲਾਈਕ ਅ ਸਪੋਰਟਸ, ਹੈ ਨਾ, ਤਾਂ ਮੈਂ ਸਪੋਰਟਸਮੈਨ ਹਾਂ ਤਾਂ ਮੈਨੂੰ ਕੋਈ ਡਿਫੀਕਲਟ ਨਹੀਂ ਲੱਗਦਾ ਐਕਸ਼ਨ ਕਰਨਾ, ਕਿਉਂਕਿ ਤੁਹਾਡੇ 'ਚ ਫਲੈਕਸੀਬਿਲਿਟੀ, ਤੁਹਾਡੇ 'ਚ ਅਜੈਲਿਟੀ, ਤੁਹਾਡੇ 'ਚ ਫਿਟਨੈਸ ਹੋਣੀ ਚਾਹੀਦੀ ਹੈ ਐਕਸ਼ਨ ਕਰਨ ਲਈ। ਸੋ ਵਿੱਚ ਅਸੀਂ ਖੇਡਦੇ ਖੁੱਡਦੇ ਰਹੇ ਹਾਂ ਤਾਂ ਸ਼ੁਰੂ ਤੋਂ ਹੀ ਹਾਂ ਜੀ, ਸੋ ਦੈਟਸ ਨੋਟ ਅ ਪ੍ਰੋਬਲਮ, ਜਸਟ ਦੈਟ ਯੂ ਵਿਲ ਹੈਵ ਟੂ ਲਰਨ ਸਰਟਨ ਥਿੰਗਸ ਅਬਾਊਟ, ਯੂ ਨੋ, ਜਦੋਂ ਤੁਸੀਂ ਐਕਸ਼ਨ ਕਰ ਰਹੇ ਹੋ ਅਬਾਊਟ ਐਕਟਿੰਗ, ਐਕਸ਼ਨ ਰਿਐਕਸ਼ਨ ਨੂੰ ਸਮਝਣਾ ਬੜਾ ਜ਼ਰੂਰੀ ਹੁੰਦਾ ਉਹਦੇ 'ਚ। ਸੋ ਉਹੀ ਗੱਲ ਆ, ਬਾਕੀ ਕੋਈ ਐਡੀ ਡਿਫੀਕਲਟ ਗੱਲ ਨਹੀਂ ਐਕਸ਼ਨ ਕਰਨਾ ਜੀ। ਆਲਰੇਡੀ ਜ਼ੋਰਾ 10 ਨੰਬਰੀ 'ਚ ਇੰਨੇ ਸਟਾਰ ਸੀਗੇ ਅਤੇ ਹੁਣ ਇਸ ਫਿਲਮ ਨਾਲ ਇੱਕ ਹੋਰ ਨਵਾਂ ਚਿਹਰਾ ਜੁੜ ਗਿਆ, ਸਿੰਘਾ ਜੁੜ ਗਏ ਨੇ, ਸੋ ਉਹਨਾਂ ਦੇ ਨਾਲ ਇਕੁਏਸ਼ਨ ਕਿਸ ਤਰ੍ਹਾਂ ਦੀ ਰਹੀ ਤੁਹਾਡੀ? ਸਿੰਘਾ ਇਜ਼ ਮਾਈ ਬ੍ਰਦਰ, ਸਾਡੇ ਵਾਲਾ ਹੋ ਗਿਆ ਹੁਣ ਉਹ, ਤਾਂ ਹੁਣ ਗੱਲ ਇਹ ਆ ਵੀ ਸਿੰਘਾ ਜੁੜਿਆ, ਸਿੰਘ ਨੇ ਬਾਖੂਬੀ ਆਪਣਾ ਰੋਲ ਨਿਭਾਇਆ, ਪਰ ਸਿੰਘੇ ਦੇ ਨਾਲ ਗੁੱਗੂ ਗਿੱਲ ਸਾਹਿਬ ਜੁੜੇ, ਮਾਹੀ ਗਿੱਲ ਜੁੜੇ, ਜਪਜੀ ਆਪਣੀ ਜੁੜੀ, ਹੈ ਨਾ, ਸੋ ਸੋਨਪ੍ਰੀਤ ਜਵੰਦਾ ਬਾਈ, ਹੋਰ ਬੜੇ ਕਿਰਦਾਰ ਆ ਜਿਹੜੇ ਹੁਣ ਇਸ 'ਚ ਆਏ। ਸੋ ਆਈ ਫੀਲ ਇਟਸ ਆਲਵੇਜ਼ ਸਪੈਸ਼ਲ ਟੂ ਹੈਵ ਦੀ ਸਪੈਸ਼ਲ ਪੀਪਲ ਯੂ ਨੋ ਅਰਾਊਂਡ ਯੂ। ਫਿਰ ਵੀ ਸੈੱਟ 'ਤੇ ਇੱਕ ਸੀਨੀਅਰਟੀ ਵਾਲਾ ਤਾਂ ਰਹਿੰਦਾ ਹੀ ਸੀ ਕਿ ਹਾਂ ਬਈ ਆਪਣੀ ਫਿਲਮ ਹੈ, ਕਦੀ ਸਿਖਾਇਆ ਵੀ ਨਹੀਂ ਇਹ ਸੀਨ ਇੱਦਾਂ ਨਹੀਂ, ਬਈ ਇੱਦਾਂ ਕਰ ਜ਼ਿਆਦਾ ਵਧੀਆ ਲੱਗੇ? ਨਹੀਂ, ਮੈਂ ਆਪਦੇ ਸੀਨਸ 'ਚ ਬਹੁਤ ਇਨਵੋਲਵ ਹੁੰਦਾ ਜੀ, ਮੈਂ ਆਪਦੇ ਸੀਨ ਜਦੋਂ ਤੱਕ ਮੈਂ ਕਨਵਿੰਸ ਨਹੀਂ ਹੋ ਜਾਂਦਾ ਉਦੋਂ ਤੱਕ ਮੈਂ ਡਾਇਰੈਕਟਰ ਸਾਹਿਬ ਨੂੰ ਜਾਂ
ਜਿਹੜਾ ਵੀ ਇੰਚਾਰਜ ਆ ਉਸ ਵੇਲੇ ਜਾਂ ਮੇਰੇ ਐਕਸ਼ਨ ਡਾਇਰੈਕਟਰ ਹੋਵੇ ਉਦੋਂ ਤੱਕ ਮੈਂ ਅੱਗੇ ਨਹੀਂ ਜਾਂਦਾ ਸੋ ਆਈ ਐਮ ਆਲਵੇਜ਼ ਇਨਵੋਲਵਡ ਇਨ ਮਾਈ ਸੀਨਸ ਐਟ ਲੀਸਟ ਹਾਂਜੀ ਫਿਲਮ ਦਾ ਐਕਸਪੀਰੀਅੰਸ ਤੁਹਾਡੀ ਗੱਲਾਂ ਤੋਂ ਹੀ ਪਤਾ ਲੱਗ ਰਿਹਾ ਜਿਸ ਤਰ੍ਹਾਂ ਤੁਹਾਨੂੰ ਫਿਲਮ ਦੇ ਡਾਇਲੋਗਸ ਯਾਦ ਨੇ ਕਿ ਫਿਲਮ ਦੇ ਵਿੱਚ ਤੁਸੀਂ ਕਾਫੀ ਜ਼ਿਆਦਾ ਟਾਈਮ ਐਂਡ ਐਨਰਜੀ ਇਨਵੈਸਟ ਕੀਤੀ ਹੈ ਅਤੇ ਕਿਸ ਤਰ੍ਹਾਂ ਦਾ ਰਿਜ਼ਲਟ ਤੁਸੀਂ ਇਸ ਫਿਲਮ ਤੋਂ ਚਾਹੁੰਦੇ ਹੋ ਕਿ ਕਿਸ ਏਜ ਗਰੁੱਪ ਨੂੰ ਜਾਂ ਕਿਸ ਪਰਟੀਕੁਲਰ ਆਡੀਅੰਸ ਨੂੰ ਇਹ ਫਿਲਮ ਪਸੰਦ ਆਵੇ ਜਾਂ ਕਿਸ ਤਰ੍ਹਾਂ ਦਾ ਰਿਐਕਸ਼ਨ ਹੋ ਤੁਹਾਡੀ ਐਕਸਪੈਕਟੇਸ਼ਨਸ ਕੀ ਨੇ ਮੈਂ ਤੁਹਾਨੂੰ ਦੱਸਾਂ ਜੀ ਇਹ ਅਸਲ ਗੱਲ ਆ ਜਿਹੜੀ ਉਹ ਜਿੰਨੇ ਵੱਡੇ ਲੋਕ ਆ ਸਾਡੇ ਮੰਨ ਲਓ 70 ਸਾਲਾਂ ਦਾ ਕੋਈ 60 65 50 ਉਹਨਾਂ ਨੂੰ ਵੀ ਬਹੁਤ ਪਸੰਦ ਆਊ ਯੂਥ ਨੂੰ ਬੜੀ ਪਸੰਦ ਆਊ ਪਰਿਵਾਰ ਨੂੰ ਵੀ ਪਸੰਦ ਆਊ ਕਿਉਂਕਿ ਫਿਲਮ ਜਿਹੜੀ ਅਸੀਂ ਬਣਾਈ ਆ ਨਾ ਉਹਦੇ 'ਤੇ ਬਹੁਤ ਰਿਸਰਚ ਕੀਤੀ ਆ ਅਸੀਂ ਥਿੰਕਰਸ ਨੂੰ ਪੜ੍ਹਿਆ ਅਸੀਂ ਐਵੇਂ ਹੀ ਨਹੀਂ ਕੋਈ ਗੱਲ ਕਰਤੀ ਕਿਉਂਕਿ ਐਵੇਂ ਹੀ ਤਾਂ ਚੱਲਦਾ ਹੈ ਮੇਰੀ ਜ਼ਿੰਦਗੀ ਦਾ ਪਾਰਟ ਹੀ ਨਹੀਂ ਆ ਨਾ ਤਾਂ ਮੈਂ ਐਵੇਂ ਹੀ ਕਰਦਾ ਨਾ ਕੁਛ ਚੱਲਦਾ ਹੈ ਕਰਦਾ ਚੱਲਦਾ ਕੁਛ ਵੀ ਨਹੀਂ ਹੁੰਦਾ ਅਤੇ ਐਵੇਂ ਕੁਛ ਵੀ ਨਹੀਂ ਹੁੰਦਾ ਜੀ ਸੋ ਦੈਫੋਰ ਮੈਂ ਜਦੋਂ ਕਿਹਾ ਅਸੀਂ ਰੈਸਟੋਟਲ ਪੜ੍ਹਿਆ ਪਲੋਟੋ ਪੜ੍ਹਿਆ ਹੈ ਨਾ ਤਾਂ ਉਹਨਾਂ ਨੇ ਵਰਲਡ ਆਫ ਕ੍ਰਾਈਮ 'ਤੇ ਪੋਲੀਟੀਕਲ ਫੀਲਡ 'ਤੇ ਸਾਡੀ ਸਮਾਜ 'ਤੇ ਬੜਾ ਲਿਖਿਆ ਹੋਇਆ ਸੋ ਦੈਨ ਵੀ ਮੇਡ ਦਿਸ ਫਿਲਮ ਸੋ ਆਈ ਥਿੰਕ ਐਵਰੀਵਨ ਸ਼ੁੱਡ ਗੋ ਐਂਡ ਵਾਚ ਇਟ ਯਾ ਜਦੋਂ ਆਪਾਂ ਇੱਦਾਂ ਜੋਨਰ ਦੀ ਗੱਲ ਕਰਦੇ ਹਾਂ ਪੋਲੀਟੀਕਲ ਦੀ ਕ੍ਰਾਈਮ ਵਰਲਡ ਦੀ ਤਾਂ ਐਕਚੁਅਲ ਰਿਐਲਿਟੀ 'ਚ ਜਦੋਂ ਇਹਨਾਂ ਚੀਜ਼ਾਂ ਨੂੰ ਦੇਖੀਏ ਬਹੁਤ ਵੱਡੀਆਂ ਨੇ ਅਤੇ ਉਸ ਟਾਈਮ ਆਪਾਂ ਨੂੰ ਇੱਕ ਰਿਅਲਾਈਜ਼ ਹੁੰਦਾ ਦੈਟ ਵੀ ਆਰ ਸੋ ਸਮਾਲ ਅਤੇ ਆਪਣੀ ਲਾਈਫ 'ਚ ਇੰਨੀਆਂ ਪ੍ਰੋਬਲਮਸ ਹੈ ਨਹੀਂ ਜਿੰਨੀਆਂ ਆਪਾਂ ਇਨਵੋਲਵ ਕਰ ਲੈਂਦੇ ਹਾਂ ਐਕਚੁਅਲੀ ਹੋਰਾਂ ਦੀ ਲਾਈਫ 'ਚ ਬਹੁਤ ਸਾਰੀ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਸੋ ਤੁਹਾਨੂੰ ਕੀ ਲੱਗਿਆ ਕਿ ਇਸ ਫਿਲਮ ਦੇ ਵਿੱਚ ਐਸਾ ਕਿਹੜਾ ਕਿਰਦਾਰ ਹੈ ਜਿਹੜਾ ਇੱਕ ਰੀਅਲ ਪਰਸਨ ਨੂੰ ਮਤਲਬ ਦਿਖਾਏਗਾ ਕਿ ਹਾਂ ਇੱਕ ਰੀਅਲ ਪਰਸਨ ਨੋਰਮਲ ਲਾਈਫ 'ਚ ਕਿਸ ਤਰ੍ਹਾਂ ਦਾ ਹੁੰਦਾ ਅਤੇ ਅਚਾਨਕ ਉਹਦੇ ਵਿੱਚ ਕਿਸ ਤਰ੍ਹਾਂ ਦਾ ਮੇਜਰ ਬਦਲਾਵ ਆ ਜਾਂਦਾ ਮੈਨੂੰ ਨਹੀਂ ਲੱਗਦਾ ਵੀ ਵੀ ਆਰ ਸੋ ਸਮਾਲ ਆਈ ਮੀਨ ਇਨ ਟਰਮਸ ਆਫ ਦੈਟ ਵੀ ਆਰ ਸੋ ਸਮਾਲ ਇਨ ਆਰ ਪ੍ਰੋਬਲਮਸ ਕਿ ਹਾਂ ਸਾਡੀ ਪ੍ਰੋਬਲਮ ਇੰਨੀਆਂ ਵੱਡੀਆਂ ਨਹੀਂ ਹਾਂਜੀ ਹਾਂਜੀ ਇਹ ਗੱਲ ਮੈਂ ਜ਼ਰੂਰ ਮੰਨਦਾ ਹਾਂਜੀ ਹਾਂਜੀ ਆਪਾਂ ਵੀ ਆਰ ਬਲੈਸਡ ਦੈਟ ਵੀ ਆਰ ਲਿਵਿੰਗ ਅ ਗੁੱਡ ਲਾਈਫ ਹੈ ਨਾ ਤਾਂ ਪਰ ਗੱਲ ਇਹ ਆ ਵੀ ਦੇਖੋ ਚਾਹੇ ਆਪਾਂ ਇਹ ਜ਼ਰੂਰ ਆ ਵੀ ਆਪਾਂ ਬਲੈਸਡ ਹਾਂ ਗ੍ਰੈਟੀਟਿਊਡ ਆ ਸਾਡੇ ਅੰਦਰ ਅਸੀਂ ਹਮੇਸ਼ਾ ਰੱਬ ਨੂੰ ਕਹਿੰਦੇ ਹਾਂ ਸ਼ੁਕਰਾਨਾ ਹੀ ਕਰਦੇ ਹਾਂ ਪਰ ਫਿਰ ਵੀ ਆਪਣੇ ਅੰਦਰ ਇੱਕ ਦ੍ਰਿੜਤਾ ਅਤੇ ਇੱਕ ਆਤਮ ਵਿਸ਼ਵਾਸ ਇਹ ਹੁੰਦਾ ਵੀ ਕੋਈ ਵੀ ਗੱਲ ਆ ਜਾਏ ਨਜਿੱਠ ਲਾਂਗੇ ਕੋਈ ਗੱਲ ਨਹੀਂ ਉਹਨੂੰ ਹੈਂਡਲ ਕਰ ਲਾਂਗੇ ਸੋ ਸਿਮਿਲਰਲੀ ਜਦੋਂ ਅਸੀਂ ਕੈਰੈਕਟਰ ਰਚਦੇ ਹਾਂ ਘੜਦੇ ਹਾਂ ਉਹ ਕੈਰੈਕਟਰ ਦੀਆਂ ਪ੍ਰੋਬਲਮਸ ਜਾਂ ਉਹਨਾਂ ਨੂੰ ਨਜਿੱਠਣਾ ਵੀ ਨਾਲ ਅਸੀਂ ਘੜ ਦਿੰਦੇ ਹਾਂ ਤਾਂ ਕਿ ਤੁਹਾਡੇ ਤੱਕ ਪਹੁੰਚੇ ਤੁਸੀਂ ਉਸ ਗੱਲ ਨੂੰ ਕਿਤੇ ਨਾ ਕਿਤੇ ਆਪਦੇ ਅੰਦਰ ਰੱਖ ਸਕੋ ਕੱਲ੍ਹ ਨੂੰ ਕੋਈ ਹੋਰ ਪ੍ਰੋਬਲਮ ਤੁਹਾਨੂੰ ਡੀਲ ਕਰਨਾ ਪਵੇ ਵੱਡੀ ਪ੍ਰੋਬਲਮ ਨੂੰ ਲਾਈਫ 'ਚ ਡੀਲ ਕਰਨਾ ਪਵੇ ਸੋ ਯੂ ਨੋ ਦੈਟ ਯੂ ਨੋ ਦੈਟ ਇਮੋਸ਼ਨ ਇਜ਼ ਇਨਸਾਈਡ ਯੂ ਅਤੇ ਸਾਡਾ ਸਿਨੇਮੇ ਦਾ ਹੈਂਗ ਓਵਰ ਹੋਵੇ ਮੂਵੀ ਤੁਹਾਨੂੰ ਮੂਵ ਤਾਂ ਕਰੇ ਨਾ ਸੋ ਦੈਟ ਹੈਂਗ ਓਵਰ ਵਿਲ ਗਿਵ ਇਟ ਟੂ ਯੂ ਥਰੂ ਅ ਫਿਲਮ ਐਸਾ ਇਮੋਸ਼ਨ ਹੈ ਜੋ ਰਿਆਲ ਲਾਈਫ 'ਚ ਸਿਰਫ ਅੰਦਰ ਰਹਿ ਗਿਆ ਹੋਵੇ ਕੋਈ ਗ੍ਰਜਿਸ ਜਾਂ ਕੁਛ ਜਿਹਨੂੰ ਤੁਸੀਂ ਸੋਚਿਆ ਹੋਵੇ ਕਿ ਕਾਫੀ ਲੰਬੇ ਟਾਈਮ ਤੱਕ ਕਿ ਨਹੀਂ ਲੈਟ ਗੋ ਨਹੀਂ ਕਰਨਾ ਬਟ ਸਡਨਲੀ ਐਟ ਦ ਪੁਆਇੰਟ ਯੂ ਰਿਅਲਾਈਜ਼ ਕਿ ਇਟਸ ਬੈਟਰ ਟੂ ਲੈਟ ਗੋ ਨਹੀਂ ਮੇਰੇ ਅੰਦਰ ਦੇਖੋ ਜੀ ਕਦੇ ਕਦੇ ਨੈਗੇਟਿਵ ਇਮੋਸ਼ਨ ਨਹੀਂ ਮੈਂ ਰੱਖਦਾ ਹੁੰਦਾ ਮੈਂ ਦਿਲ 'ਚ ਕਦੇ ਕੋਈ ਗੱਲ ਨਹੀਂ ਰੱਖਦਾ ਬਿਕੋਜ਼ ਦਿਲ 'ਚ ਗੱਲ ਜੇ ਆਪਾਂ ਰੱਖਦੇ ਹਾਂ ਉਹ ਤੁਹਾਨੂੰ ਨਾ ਕਰਪਟ ਕਰ ਦਿੰਦੀ ਆ ਸੋ ਬਾਕੀ ਮੈਂ ਵਿਸ਼ਵਾਸ ਜ਼ਰੂਰ ਕਰਦਾ ਕਿ ਆਪਾਂ ਆਪਣਾ ਦੇਖੋ ਇਹ ਆਪਣੀ ਫਿਤਰਤ ਆ ਇਨਸਾਨੀ ਫਿਤਰਤ ਆ ਵੀ ਆਪਾਂ ਚੀਜ਼ਾਂ ਨੂੰ ਫੜ ਕੇ ਰੱਖਦੇ ਹਾਂ ਹੈ ਨਾ ਪਰ ਹੌਲੀ ਹੌਲੀ ਉਹਨਾਂ ਨੂੰ ਛੱਡਣਾ ਪੈਂਦਾ ਟੂ ਲੈਟ ਗੋ ਇਜ਼ ਗ੍ਰੇਟ ਥਿੰਗ ਇਜ਼ ਅ ਗ੍ਰੇਟ ਥਿੰਗ ਬਟ ਯੂ ਲਰਨ ਇਟ ਵਿਦ ਟਾਈਮ ਯੂ ਕੈਨ ਜਸਟ ਲਰਨ ਇਟ ਓਵਰਨਾਈਟ ਇਟਸ ਵੈਰੀ ਡਿਫੀਕਲਟ ਟੂ ਲੈਟ ਗੋ ਬਟ ਵਾਂਸ ਯੂ ਨੋ ਹਾਊ ਟੂ ਲੈਟ ਗੋ ਯੂ ਬਿਕਮ ਅ ਬੈਟਰ ਹਿਊਮਨ ਬੀਇੰਗ ਸੋ ਦੈਟਸ ਵਾਟ ਇਟ ਇਜ਼ ਸੋ ਲਾਸਟਲੀ 2020 'ਚ ਕਿੰਨੇ ਪ੍ਰੋਜੈਕਟਸ ਲੈ ਕੇ ਆ ਰਹੇ ਹੋ ਐਂਡ ਆਪਣੇ ਫੈਨਸ ਨੂੰ ਇਸ ਫਿਲਮ ਬਾਰੇ ਕੀ ਕਹਿਣਾ ਚਾਹੁੰਦੇ ਨਹੀਂ ਜੀ ਮੇਰੇ ਫੈਨਸ ਨਹੀਂ ਆ ਸਾਰਾ ਮੇਰਾ ਪਰਿਵਾਰ ਹੀ ਹੁੰਦੇ ਆ ਜਿਹੜੇ ਮੇਰੇ ਕੰਮ ਨੂੰ ਐਪਰੀਸ਼ੀਏਟ ਕਰਦੇ ਮੈਂ ਕਦੇ ਵੀ ਇਹ ਨਹੀਂ ਕਹਿੰਦਾ ਮੇਰੇ ਫੈਨਸ ਆ ਪਰ ਪਹਿਲਾਂ ਸਾਡੇ ਵਾਲੇ ਆਊਗੀ ਜੀ ਜਤਿੰਦਰ ਮੋਹਰ ਸਾਹਿਬ ਨੇ ਡਾਇਰੈਕਟ ਕੀਤੀ ਆ ਫਿਰ ਦੇਸੀ ਆਊਗੀ ਦੈਨ ਵੀ ਆਰ ਵਰਕਿੰਗ ਔਨ ਸਮਥਿੰਗ ਫੋਰ ਹਾਲੀਵੁੱਡ ਸੋ ਦੈਟ ਵਿਲ ਬੀ ਫੋਰ ਦ ਇੰਟਰਨੈਸ਼ਨਲ ਮਾਰਕੀਟ ਤਾਂ ਹੁਣ ਦੇਖਦੇ ਹਾਂ ਰੱਬ ਕੀ ਕਰਦਾ ਜੀ Congratulations for all your projects and especially for this film. So we hope ki jinna fans hun tak vadhiya response deta us to bhi zyada vadhiya is film nu response mile. Congratulations and thank you so much. Thank you so much. Thank you.